ਖੇਤੀ ਤੇ ਕਿਸਾਨ ਕਲਿਆਣ ਮੰਤਰੀ ਓਪੀ ਧਨਖੜ ਤੋਂ ਨੀਦਰਲੈਂਡ ਦੇ ਇੱਕ ਸਿਸਟ ਮੰਡਲ ਨੇ ਹਾਲੈਂਡ ਦੂਤਾਵਾਸ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੇ ਖੇਤੀ ਸਲਾਹਕਾਰ ਵਾਲਟਰ ਵਰੇ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ। ਬੀਤੇ ਦਿਨ ਚੰਡੀਗੜ੍ਹ ਵਿੱਚੋਂ ਇਸ ਮੁਲਾਕਾਤ ਵਿੱਚ ਹਰਿਆਣਾ ਦੇ ਨਾਲ ਡੈਰੀ ਫੁੱਲਾਂ ਦੀ ਖੇਤੀ ਅਤੇ ਖਾਰੇ ਪਾਣੀ ਦੀ ਤਕਨੀਕ ਨਾਲ ਪੈਰੀ ਐਗਰੀਕਲਚਰ ਦੀ ਅਵਧਾਰਨਾ ਵਧਾਉਣ ਵਿੱਚ ਸਹਿਯੋਗ ਦੇ ਮੁੱਦੇ ਉੱਤੇ ਚਰਚਾ ਹੋਈ। ਚਰਚਾ ਦੌਰਾਨ ਇਸ ਗੱਲ ਉੱਤੇ ਸਹਿਮਤੀ ਹੋਈ ਕਿ ਹਰਿਆਣਾ ਵਿੱਚ ਸਥਾਪਿਤ ਕੀਤੇ ਜਾ ਰਹੇ ਬਾਗਵਾਨੀ ਯੂਨੀਵਰਸਿਟੀ ਨਾਲ ਸਹਿਯੋਗ ਵਧੇਗਾ। ਇਸ ਲਈ ਹਰਿਆਣਾ ਸਰਕਾਰ ਨੇ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਹਿਸਾਰ ਦੇ ਕੁਲਪਤੀ ਦੀ ਪ੍ਰਧਾਨਗੀ ਵਿੱਚ ਕਾਰਜ ਸਮੂਹ ਗਠਿਤ ਕੀਤਾ ਗਿਆ। ਇਸ ਕਾਰਜ ਸਮੂਹ ਹਰਿਆਣਾ ਵਿੱਚ ਨੀਦਰਲੈਂਡ ਨਾਲ ਇੰਡੋ ਡੈਸ ਸੈਂਟਰ, ਐਗਰੋ ਬਿਜ਼ਨਸ ਕੇਂਦਰ ਅਤੇ ਪੁਸ਼ਪ ਮੰਡਲ ਸਥਾਪਿਤ ਕਰਨ ਉੱਤੇ ਕਾਰਜ ਚੱਲ ਰਿਹਾ।